ਦੀ ਅਹਿਮ ਖਬਰ ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ ਅੱਜ ਨਹੀਂ ਕੀਤਾ ਜਾਵੇਗਾ ਫਿਲਹਾਲ ਪੋਸਟਮਾਰਟਮ ਚੱਲਦਾ ਪਿਆ ਕੁਝ ਦੇਰ ਤੱਕ ਇਨਫੋਰਮੇਸ਼ਨ ਸੀਗੀ ਕਿ ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ ਥੋੜੀ ਦੇਰ ਚ ਕੀਤਾ ਜਾਏਗਾ ਲੇਕਿਨ ਹੁਣ ਰਾਜਾ ਵੜਿੰਗ ਨੇ ਸਾਫ਼ ਕੀਤਾ ਹੈ ਕਿ ਅੱਜ ਅੰਤਿਮ ਸੰਸਕਾਰ ਨਹੀਂ ਕੀਤਾ ਜਾਏਗਾ ਕੱਲ ਜਿਸ ਵਕਤ ਇਹ ਸੰਸਕਾਰ ਹੋਵੇਗਾ ਉਸ ਦਾ ਸਮਾਂ ਸਾਰਿਆਂ ਨੂੰ ਦੱਸਿਆ ਜਾਵੇਗਾ ਰਾਜਾ ਵੜਿੰਗ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹਾਲਾਂਕਿ ਪਿੰਡ ਮੂਸਾ ਦੇ ਵਿੱਚ ਭਾਰੀ ਗਿਣਤੀ ਚ ਸਮਰਥਕ ਮੌਜੂਦ ਨੇ ਸਿੱਧੂ ਮੂਸੇਵਾਲਾ ਦੇ ਸ਼ਮਸ਼ਾਨ ਘਾਟ ਦੇ ਵਿੱਚ ਵੀ ਤਿਆਰੀਆਂ ਕੀਤੀਆਂ ਹੋਈਆਂ ਸੀ ਅੰਤਿਮ ਰਸਮਾਂ ਨਿਭਾਉਣ ਦੀਆਂ ਉੱਥੇ ਵੀ ਸਿਕਿਉਰਿਟੀ ਤੈਨਾਤ ਕੀਤੀ ਗਈ ਸੋ ਫਿਰ ਵੱਡੀ ਭੀੜ ਉੱਥੇ ਵੀ ਲੋਕਾਂ ਦੀ ਜੁਟੀ ਹੋਈ ਹੈ ਫਿਲਹਾਲ ਪੋਸਟਮਾਰਟਮ ਮਾਨਸਾ ਦੇ ਸਿਵਲ ਹਸਪਤਾਲ ਦੇ ਵਿੱਚ ਚੱਲਦਾ ਪਿਆ ਸਿੱਧੂ ਮੂਸੇਵਾਲਾ ਦੇ ਇਸੇ ਦਰਮਿਆਨ ਰਾਜਾ ਵੜਿੰਗ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਜੋ ਮੂਸਾ ਪਿੰਡ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਘਰ ਦੇ ਅੰਦਰ ਮੌਜੂਦ ਨੇ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਅੱਜ ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ ਅੱਜ ਪੋਸਟਮਾਰਟਮ ਹੋਏਗਾ ਉਸ ਦੇ ਬਾਅਦ ਸ਼ਾਇਦ ਮ੍ਰਿਤਕ ਦੇ ਘਰ ਲਿਆਂਦੀ ਜਾਏਗੀ ਤੇ ਉਸ ਦੇ ਬਾਅਦ ਕੱਲ ਕਿਸ ਵਕਤ ਸੰਸਕਾਰ ਹੋਣਾ ਉਸ ਦੀ ਜਾਣਕਾਰੀ ਮੌਜੂਦ ਨੇ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਅੱਜ ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ ਅੱਜ ਪੋਸਟਮਾਰਟਮ ਹੋਏਗਾ ਉਸ ਦੇ ਬਾਅਦ ਸ਼ਾਇਦ ਮ੍ਰਿਤਕ ਦੇ ਘਰ ਲਿਆਂਦੀ ਜਾਏਗੀ ਤੇ ਉਸ ਦੇ ਬਾਅਦ ਕੱਲ ਕਿਸ ਵਕਤ ਸੰਸਕਾਰ ਹੋਣਾ ਉਸ ਦੀ ਜਾਣਕਾਰੀ ਦਿੱਤੀ ਜਾਵੇਗਾ ਰਾਜਾ ਵੜਿੰਗ ਨੇ ਕੀ ਕੁਝ ਜਾਣਕਾਰੀ ਦਿੱਤੀ ਹੈ ਜੀ ਹਰਮਨ ਰਾਜਾ ਵੜਿੰਗ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅੱਜ ਜਿਹੜਾ ਕਿ ਸਿੱਧੂ ਮੂਸੇਵਾਲਾ ਜਿਹੜਾ ਸੰਸਕਾਰ ਉਹ ਨਹੀਂ ਕੀਤਾ ਜਾਵੇਗਾ ਸੰਸਕਾਰ ਹੈ ਕਦੋਂ ਕੀਤਾ ਜਾਵੇਗਾ ਸਰਕਾਰ ਦੇ ਕੋਲ ਕੁਝ ਮੰਗਾਂ ਨੇ ਤਾਂ ਕੋਰਟ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਇਹਨਾਂ ਦੀ ਜਾਂਚ ਵੀ ਕਰਵਾਉਣ ਦਾ ਕਿਹਾ ਜਾ ਰਿਹਾ ਕਿ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਜੇਕਰ ਸਰਕਾਰ ਮੰਨ ਲਵੇਗੀ ਤਾਂ ਉਸ ਤੋਂ ਬਾਅਦ ਹੀ ਦੇਖਾਂਗੇ ਕਿ ਸੰਸਕਾਰ ਹੈ ਜਿਹੜਾ ਕਿ ਕਦੋਂ ਕੀਤਾ ਜਾਵੇਗਾ ਜੀ ਜੀ ਇਸ ਦੇ ਨਾਲ ਹੋਰ ਕੀ ਕੀ ਜਾਣਕਾਰੀ ਦਿੱਤੀ ਹੈ ਮੰਗਾਂ ਕੀ ਕੀ ਨੇ ਐਨਆਈਏ ਤੋਂ ਜਾਂਚ ਕਰਾਈ ਜਾਵੇ ਇਸ ਡਿਮਾਂਡ ਤੇ ਅੜੇ ਨੇ ਜੀ ਬਿਲਕੁਲ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜੇ ਅਸੀਂ ਆਪਣੀਆਂ ਮੰਗਾਂ ਵੀ ਰੱਖਾਂਗੇ ਸਰਕਾਰ ਦੇ ਅੱਗੇ ਤਾਂ ਦੇਖਾਂਗੇ ਸਰਕਾਰ ਉਹ ਮੰਗਾਂ ਕਦੋਂ ਪੂਰੀਆਂ ਕਰਦੀ ਹੈ ਉਸ ਤੋਂ ਬਾਅਦ ਹੀ ਫਿਰ ਕੱਲ ਜਿਹੜਾ ਕਿ ਇਹ ਐਲਾਨ ਕੀਤਾ ਜਾਵੇਗਾ ਕਦੋਂ ਜਿਹੜਾ ਕਿ ਸਿੱਧੂ ਮੂਸੇਵਾਲਾ ਜਿਹੜਾ ਕਿ ਸੰਸਕਾਰ ਉਹ ਕੀਤਾ ਜਾਵੇਗਾ ਰਾਜਾ ਵੜਿੰਗ ਨੇ ਕੀ ਕਿਸੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀ ਹੈ ਐਲਾਨ ਕੀਤਾ ਜੀ ਬਿਲਕੁਲ ਜਦੋਂ ਰਾਜਾ ਵੜਿੰਗ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਸਨ ਤਦੋਂ ਸੰਬੋਧਨ ਕਰ ਰਹੇ ਸਨ ਤਾਂ ਉਸੇ ਦੌਰਾਨ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਜਾਂਦਾ ਹੈ ਕਿ ਸਿੱਧੂ ਮੂਸੇਵਾਲਾ ਜਿਹੜਾ ਕਿ ਸੰਸਕਾਰ ਉਹ ਅੱਜ ਨਹੀਂ ਕੀਤਾ ਜਾਵੇਗਾ ਜੀ ਜਾਣਕਾਰੀ ਲਈ ਧੰਨਵਾਦ ਸੋ ਰਾਜਾ ਵੜਿੰਗ ਨੇ ਐਲਾਨ ਕੀਤਾ ਜਾਣਕਾਰੀ ਦਿੱਤੀ ਹੈ ਕਿ ਸਾਡੀਆਂ ਜੋ ਮੰਗਾਂ ਨੇ ਐਨਆਈਏ ਨੂੰ ਜਾਂਚ ਸੌਂਪੀ ਜਾਵੇ ਉਸ ਦੇ ਬਾਅਦ ਹੀ ਅੰਤਿਮ ਸੰਸਕਾਰ ਦੇ ਵਾਸਤੇ ਰਾਜ਼ੀ ਹੋਵਾਂਗੇ ਐਨਆਈਏ ਜਾਂ ਹੋਰ ਕਿਸੇ ਕੇਂਦਰੀ ਏਜੰਸੀ ਦੇ ਕੋਲੋਂ ਜਾਂਚ ਕਰਾਈ ਜਾਵੇ ਇਸ ਮੰਗ ਦੇ ਉੱਪਰ ਪਰਿਵਾਰ ਅੜਿਆ ਹੋਇਆ ਮੰਗ ਪੂਰੀ ਹੋਏਗੀ ਤਾਂ ਹੀ ਅੰਤਿਮ ਸੰਸਕਾਰ ਕੀਤਾ ਜਾਏਗਾ ਜਿਸ ਦੇ ਤਹਿਤ ਹੀ ਅੱਜ ਜੋ ਮੰਨਿਆ ਜਾ ਰਿਹਾ ਸੀ ਕਿ ਕੁਝ ਹੀ ਦੇਰ ਦੇ ਵਿੱਚ ਅੰਤਿਮ ਰਸਮਾਂ ਨਿਭਾ ਦਿੱਤੀਆਂ ਜਾਣਗੀਆਂ ਉਹ ਅੱਜ ਨਹੀਂ ਨਿਭਾਈਆਂ ਜਾਣਗੀਆਂ ਬਿਲਕੁਲ ਇਹ ਵੀ ਐਲਾਨ ਕੀਤਾ ਗਿਆ ਰਾਜਾ ਵੜਿੰਗ ਦੇ ਵੱਲੋਂ ਕਿ ਇੱਕ ਕੈਂਡਲ ਮਾਰਚ ਕੱਢਿਆ ਜਾਏਗਾ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਜਾਏਗੀ ਕੈਂਡਲ ਮਾਰਚ ਦੇ ਜ਼ਰੀਏ ਔਰ ਨਾਲ ਦੀ ਨਾਲ ਰੋਸ ਜਤਾਇਆ ਜਾਏਗਾ ਇਸ ਵੱਡੀ ਘਟਨਾ ਦੇ ਖਿਲਾਫ ਜੋ ਇੱਕ ਜਵਾਨ ਸਿੰਗਰ ਨੂੰ ਇਸ ਤਰੀਕੇ ਦੇ ਨਾਲ ਨੌਜਵਾਨ ਸਿੰਗਰ ਨੂੰ ਉੱਭਰਦਾ ਹੋਇਆ ਸਿਤਾਰਾ ਐਡਾ ਵੱਡਾ ਨਾਮ ਉਸ ਨੂੰ ਗੋਲੀ ਨਾਲ ਭੁੰਨ ਦਿੱਤਾ ਗਿਆ ਸਰਕਾਰ ਤੇ ਪ੍ਰਸ਼ਾਸਨ ਤੇ ਵੱਡੇ ਸਵਾਲ ਖੜੇ ਹੋਏ ਨੇ ਉਸ ਦੇ ਖਿਲਾਫ ਰੋਸ ਜ਼ਾਹਰ ਕਰੇਗੀ ਪੰਜਾਬ ਕਾਂਗਰਸ ਤੇ ਅੱਜ ਅੰਤਿਮ ਸੰਸਕਾਰ ਨਹੀਂ ਕੀਤਾ ਹਸਪਤਾਲ ਤੋਂ ਲੈ ਕੇ ਉੱਥੇ ਗੁਰਦੁਆਰਾ ਸਾਹਿਬ ਤੱਕ ਇੱਕ ਹੋਰ ਜਗ੍ਹਾ ਦੱਸੀ ਸੀ 12 ਹੱਟਾ ਚੌਂਕ ਆਪਾਂ ਸਾਰਿਆਂ ਨੇ ਉੱਥੇ ਕੈਂਡਲ ਮਾਰਚ ਕਰਨਾ ਹੈ ਤਾਂ ਬਹੁਤ ਹੀ ਜ਼ਿਆਦਾ ਕਰ ਅਸੀਂ ਜੀ ਅੱਜ ਵੀ ਬਹੁਤ ਹੀ ਜ਼ਿਆਦਾ ਅਸੀਂ ਜਾਮ ਕਰਦੇ ਫਿਰ ਜਦੋਂ ਆਪਾਂ ਸਿੰਬੋਲਿਕ ਤਰੀਕੇ ਦੇ ਨਾਲ ਔਰ ਸ਼ਾਂਤੀਮਈ ਆਪਣਾ ਜਿੰਨਾ ਪ੍ਰਦਰਸ਼ਨ ਹੈ ਆਪਣਾ ਹਿੰਸਾ ਦੇ ਖਿਲਾਫ ਪ੍ਰਦਰਸ਼ਨ ਆਪਾਂ ਲੜਾਈ ਪਿਆਰ ਨਾਲ ਲੜਨੀ ਹੈ और मेरी सब नु गुजारिश है कि आप सारे ने ठीक 6 बजे अजे 2 घंटे है 6 बजे आप सारे ने उथे पहुंच के साडे भरा नु श्रद्धांजलि देनी है ता जो इथे ही सनेहा चीफ जस्टिस तक अखबारा दे माध्यम दे राही थोड़े सोशल मीडिया दे राही यही आप सनेहा उथे तक पहुंचाउण दा काम कर तो उम्मीद करूंगा कि तुसी सारे ठीक 6 बजे उथे पहुंचोगे बाबा यामीन बंगाली गोल्ड मेडलिस्ट तो हड़े शहर च पहली बार अद्भुत शक्ति चमत्कार वेखो देश विदेश बैठे सानू व्हाट्सएप ते भी कॉल कर सकते ने घर बैठे 11 मिनटा च 101% गारंटी नाल समाधान वशीकरण ते मुठकरनी दे माहिर सब तो पहला काम करन दा वादा नौकरी प्रमोशन कारोबार च परेशानी घर च झगड़ा बरकत औलाद कहने तो बाहर होना कोर्ट केस तलाक प्रॉपर्टी डिस्प्यूट गुप्त रोग पुराना दर्द पति पत्नी चंदबन जादू टोना मनमोड़ी वशीकरण करवाना जा तुड़वाना सौतन दुश्मन तो छुटकारा सदा ले रुस्से नु मनाना प्यार मोहब्बत बाबा यामीन बंगाली 96435032321